ਅਖਤਰਾ ਨੂੰ ਤੱਕਦਿਆਂ ਹੀ ਉਸਦੀ ਮਾਂ ਵਖਤਾਂ ਦੌੜ ਕੇ ਉਸਦੇ ਨਾਲ ਚਿਮੜ ਗਈ। ਉਸ ਦੀਆਂ ਗੱਲਾਂ ਚੁੰਮ ਚੁੰਮ ਕੇ ਆਪ ਵੀ ਬਾਬਰੀ ਜੀ ਹੋ ਗਈ ਤੇ ਅਖਤਰਾ ਦੇ ਵੀ ਹੋਸ਼ ਭੁਲਾ ਦਿੱਤੇ। ਅਖਤਰਾ ਮਾਂ ਦੇ ਪਿਆਰ ਬਲਬਲਿਆਂ ਨੂੰ ਤਾਂ ਸਮਝਦੀ ਸੀ ਪਰ ਉਸ ਦਾ ਧਿਆਨ ਦੂਜੀਆਂ ਮਿਲਣ ਆਈਆਂ ਗਵਾਂਢਣਾ ਵੱਲ ਮੁੜ ਮੁੜ ਜਾਂਦਾ ਸੀ। ਉਹ ਚਾਹੁੰਦੀ ਸੀ ਕਿ ਮਾਂ ਦੇ ਕਲਾਵੇ ਵਿੱਚੋਂ ਨਿਕਲ ਕੇ ਉਹ ਬਾਾਕੀ ਸਹੇਲੀਆਂ ਨੂੰ ਵੀ ਮਿਲੇ। ਫਤੇਜੰਗ ਦੇ ਸਾਰੇ ਕਸਬੇ ਨੂੰ ਕਿਤਨੇ ਚਿਰਾਂ ਤੋਂ ਅਖਤਰਾਂ ਦੀ ਉਡੀਕ ਸੀ ਕਈ ਤਰ੍ਹਾਂ ਦੀਆਂ ਖਬਰਾਂ ਉੱਡਦੀਆਂ ਸੰ ਸਵੇਰੇ ਹੋਰ ਦੁਪਹਿਰੇ ਹੋਰ ਸ਼ਾਮੀ ਹੋਰ ਤੇ ਰਾਤੀਂ ਹੋਰ ਕਿਹੜੀ ਨੂੰ ਸੱਚ ਮੰਨਣ ਤੇ ਕਿਹੜੀ ਨੂੰ ਝੂਠੀ ਬਖਤਾں ਕਈ ਵਾਰ ਰੋ ਪਿੱਟ ਚੁੱਕੀ ਸੀ ਅਖਤਰਾਂ ਨੂੰ ਕਿਸੇ ਨੇ ਉਸ ਨੂੰ ਆਣ ਕੇ ਦੱਸਿਆ ਕਿ ਤੇਰਾ ਜਵਾਈ ਰਾਜਾ ਇਲਾਹੀ ਬਖਸ਼ਾ ਕਰਾਚੀ ਵਿੱਚ ਸਹੀ ਸਲਾਮਤ ਪਹੁੰਚ ਗਿਆ ਹੈ ਤੇ ਉਹ ਹੋਰ ਵੀ ਪਿੱਟੀ ਸੀ ਤੇ ਆਖਦੀ ਸੀ ਕਿ ਰਾਜੇ ਨੂੰ ਜਨਾਨੀਆਂ ਬਥੇਰੀਆਂ ਮੰਡੀ ਧੀ ਤੇ ਹਕਾਈ ਸੀ ਨਾ ਮੰਡੀਆਂ ਆਂਦਰਾਂ ਤੇ ਲੂਠੀਆਂ ਗਈਆਂ ਪੰਜਾਬਖਤਾ ਨੂੰ ਅਖਤਰਾਂ ਦੀ ਜੀਨਸਬੰਦੀ ਖਬਰ ਤੇ ਵਧੇਕ ਇਤਬਾਰ ਆਉਂਦਾ ਸੀ ਅੱਜ ਅਖਤਰਾਂ ਜਦ 라ਵਲਪਿੰਡੀ ਤੋਂ ਇੱਕ ਸਰਕਾਰੀ ਮੋਟਰ ਵੱਲ ਇਕੱਲੀ ਹੀ ਫਤੇਜੰਗ ਪਹੁੰਚੀ ਤਾਂ ਦਿਉਂ ਅੰਦਰ ਬਾਹਰ ਦਾ ਵੇਲਾ ਸੀ ਦਿਉਂ ਅੰਦਰ ਬਾਹਰ ਦਾ ਵੇਲਾ ਸੀ ਅਖਤਰਾ ਮਾਂ ਦੀ ਜੱਫੀ ਚੋਂ ਨਿਕਲ ਕੇ ਜਦ ਦੂਜੀਆਂ ਉਸ ਨੂੰ ਮਿਲਣ ਆਈਆਂ ਅੰਡਾ ਗੋੰਡਣਾ ਸਹੇਲੀਆਂ ਨਾਲ ਗੱਲੀ ਲੱਗੀ ਤਾਂ ਹਨੇਰਾ ਜਿਹਾ ਹੋ ਗਿਆ ਸੀ ਉਸ ਨੇ ਬਾਹਰ ਝਾਤੀ ਮਾਰੀ ਤਾਂ ਕੋਠੇ ਦੇ ਬਨੇਰੇ ਤੇ ਦੀਵੇ ਜਗ ਰਹੇ ਸਨ ਜਿਨ੍ਹਾਂ ਦੀ ਰੌਸ਼ਨੀ 베ੜੇ ਵਿੱਚ ਪੈਂਦੀ ਸੀ ਹੋਰ ਵੇਖੋ ਮੰਡੀ ਮਾਊ ਦਾ ਚਲਤ ਦੱਸੋ ਚਿਰਾਗਾ ਦਾ ਕਿਹੜਾ ਮੌਕਾ ਮਹਾਲੇ ਇਸ ਵਿਚਾਰੀ ਮੰਡੀ ਮਾਊ ਨੂੰ ਕਿ ਪਤਾ ਏ ਕਿਤਨੇ ਘਰਾਂ ਦੇ ਦੀਵੇ ਹੱਸ ਚੁੱਕੇ ਨੇ ਬਖਤਾ ਸੁਣ ਕੇ ਆਖਣ ਲੱਗੀ ਮੈਂ ਧੀ ਧੀ ਕੇ ਜਾਣੇ ਔਲਾਦ ਦਾ ਦੁੱਖ ਢਿੱਡੋਂ ਕੋਈ ਜੰਮਿਆ ਨਾ ਹੋਇਆ ਮੈਂ ਕੋਈ ਖਾਨਗਾ ਨਹੀਂ ਛੋੜੀ ਗੋਲੜੇ ਦੇ ਪੀਰਾ ਪਾਸ ਨੱਕ ਰਗੜੇ ਤੁਸਾਂ ਨੂੰ ਕੇ ਦੱਸਾਂ ਪੰਜੇ ਵਾਲੇ ਦਿਉਂ ਵੀ ਹੋ ਆਈ ਉਥੇ ਭਾਵੇਂ ਹੁਣ ਸੁਨਸਾ ਨੇ ਪਰ ਪੰਜਾ ਤੇ ਉੱਥੇ ਹੀ ਹੈ ਨਾ ਫਿਰ ਬਾਬੇ ਥਾਨ ਸਿੰਘ ਦੀ ਠੱਠੀ ਡਿੱਗੀ ਡੇਰੀ ਇਸ ਬੋਦੀ ਨਾਲ ਹੁੰਜ ਕੇ ਆਈਆਂ ਆਖਤਰਾ ਉੱਝ ਹੀ ਤੇ ਨਹੀਂ ਬਚ ਕੇ ਆਈ ਆਖ ਦੀ ਆਖ ਦੀ ਵਕਤਾਂ ਫਿਰ ਅਖਤਰਾਂ ਨਾਲ ਚਿਮੜ ਗਈ ਅਖਤਰਾਂ ਨੂੰ ਮਿਲਣ ਆਈਆਂ ਦੂਜੀਆਂ ਉਸ ਦੀਆਂ ਸਹੇਲੀਆਂ ਇਸ ਉਡੀਕ ਵਿੱਚ ਹਨ ਕਿ ਉਹ ਅਖਤਰਾਂ ਤੋਂ ਕੋਈ ਗੱਲਬਾਤ ਸੁਣਨ ਪਰ ਵਕਤਾਂ ਦਾ ਅਜੇ ਆਪਣੀ ਧੀ ਨੂੰ ਮਿਲਣ ਦਾ ਚਾਹ ਨਹੀਂ ਲੱਥਾ ਹੇ ਮਜੀਬੇ ਆ ਕਿ ਹੋ ਗਿਆ ਸਾਡੇ ਲੋਕਾਂ ਉਸ ਨਾਲ ਕਿ ਵਿਗਾੜਿਆ ਮੈਂ ਸੁਣਿਆ ਇਹਨਾਂ ਬੰਗਾਲੀਆਂ ਛੇਕੇ ਨੇ ਸੰਗੀਆਂ ਆਪ ਹੀ ਪਾਕਿਸਤਾਨ ਬਣਾਇਆ ਹੁਣ ਨਾਰਾਜ਼ ਕਿਹੜੀ ਗੱਲਾਂ ਹੋ ਗਏ ਨੇ ਚੰਗਾ ਖਸਮਾ ਨੂੰ ਖਾਣਾ ਸ਼ੁਕਰ ਅੱਲਾ ਦਾ ਸਾਡੀ ਧੀ ਸੁਖੀ ਸਾਂਦੀ ਘਰ ਆ ਗਈ ਏ ਮੈਂਡੀਆਂ ਆਂਦਰਾਂ ਢਿੰਗਰਾਂ ਤੇ ਪਈਆਂ ਸਨ ਵਕਤਾਂ ਦੀ ਗੱਲ ਸੁਣ ਕੇ ਇੱਕ ਵੇਰ ਸਾਰਿਆਂ ਦਾ ਹਾਸਾ ਨਿਕਲ ਗਿਆ ਪਰ ਅਖਤਰਾਂ ਨੂੰ ਕਈਆਂ ਗੱਲਾਂ ਦਾ ਚੇਤਾ ਆ ਗਿਆ ਨਾਰਾਜ਼ਗੀ ਦੀ ਇਹੋ ਗੱਲ ਉਸਨੇ ਆਪ ਇੱਕ ਵੇਰਾਂ ਆਪਣੇ ਘਰ ਵਿੱਚ ਕੰਮ ਕਾਜ ਕਰਨ ਵਾਲੀ ਕੁੜੀ ਬਾਨੋ પાસે ਪੁੱਛੀ ਸੀ हां बानो ਨੂੰ ਜੰਮਣ ਵਾਲੀ ਵੀ ਮੰਡੀ ਮਾਂ ਜਿਹੀ ਹੀ ਹੋਵੇਗੀ ਬਾਨੋ ਦੀ ਮਾਂ ਦੀਆਂ ਆਂਦਰਾਂ ਨੂੰ ਕਿਤਨਾ ਸੇਕ ਪਹੁੰਚਿਆ ਹੋਵੇਗਾ ਬਾਨੋ ਦੀ ਦਰਦਨਾਕ ਮੌਤ ਦੀ ਖਬਰ ਸੁਣ ਕੇ ਅੱਲਾ ਦਾ ਸ਼ੁਕਰ ਅੱਲਾ ਦਾ ਸ਼ੁਕਰ ਅੱਲਾ ਦਾ ਸ਼ੁਕਰ ਤਿੰਨ ਵਾਰ ਅਖਤਰਾਂ ਦੇ ਮੂੰਹ ਚੋਂ ਨਿਕਲਿਆ ਵਕਤਾਂ ਨੇ ਇਸ ਸਵੇਰਾ ਆਪਣੀ ਲਾਡਲੀ ਦੇ ਨੈਣ ਕਟੋਰੀਆਂ ਵਿੱਚ ਆਪ ਮੁਹਾਰੇ ਸਿਮ ਸਿਮ ਉਸ਼ਲ ਦੇ ਪਾਣੀ ਨੂੰ ਡੀਕ ਲਾ ਕੇ ਪੀਣ ਦੀ ਕੋਸ਼ਿਸ਼ ਕੀਤੀ ਪਰ ਪਾਣੀ ਦਾ ਵਹਿਣ ਥੰਮਿਆ ਨਹੀਂ ਸਗੋਂ ਉਸਨੇ ਸਭ ਦੀਆਂ ਅੱਖਾਂ ਤਾਰ ਕਰ ਦਿੱਤੀਆਂ ਇਸੇ ਵਾਤਾਵਰਣ ਵਿੱਚ ਅਖਤਰਾਂ ਦੀ ਗੱਜਪਰੀ ਆਵਾਜ਼ ਸੀ ਅੱਲਾ ਦਾ ਸ਼ੁਕਰ ਉਸਨੇ ਬਾਨੋ ਦੀ ਮੌਤ ਮੇਰੀਆਂ ਅੱਖਾਂ ਨੂੰ ਵਿਖਾਈ ਨਹੀਂ ਉਸ ਦੇ ਭਰਾ ਦੀ ਜ਼ੁਬਾਨੀ ਕੰਨਾਂ ਨੂੰ ਸੁਣਾਈ ਹੈ ਜੇ ਮੈਂ ਵੇਖ ਲੈਂਦੀ ਤਾਂ ਪਤਾ ਨਹੀਂ ਕੀ ਕਰਦੀ ਬੰਦੇ ਤਾਂ ਇਸ ਦੌਰਾਨ ਵਿੱਚ ਅਖਤਰਾਂ ਦੀ ਖੈਰ ਖਬਰਣ ਪੁੱਛਣ ਕਈ ਆਏ ਤੇ ਗਏ ਬਖਤਾ ਦੀ ਨਿੱਜੀ ਨੌਕਰਾਨੀ ਸਭ ਦਾ ਮੂੰਹ ਮਿੱਠਾ ਕਰਵਾਉਂਦੀ ਰਹੀ ਪਰ ਅਖਤਰਾਂ ਦੀਆਂ ਬਹੁਤ ਸਾਰੀਆਂ ਹਮ ਉਮਰ ਸਹੇਲੀਆਂ ਉੱਥੇ ਬੈਠੀਆਂ ਹੀ ਰਹੀਆਂ ਜਦ ਅਖਤਰਾਂ ਨੇ ਬਾਨੋ ਦਾ ਜ਼ਿਕਰ ਕੀਤਾ ਤਾਂ ਉਸ ਨੇ ਇਹ ਵੀ ਜਾਂਚ ਲਿਆ ਕਿ ਕਿਸ ਕਿਸ ਤੇ ਕਿਸ ਤਰ੍ਹਾਂ ਦਾ ਅਸਰ ਹੁੰਦਾ ਹੈ ਮਹਿਤਾਬ ਬੀਬੀ ਉਸ ਨੇ ਸਭ ਤੋਂ ਵਧੇਰੇ ਦਿਲਚਸਪੀ ਲੈਂਦੀ ਵੇਖੀ ਹੁਣ ਅਖਤਰਾਂ ਦਾ ਰੁੱਖ ਮਹਿਤਾਬ ਬੀਬੀ ਵੱਲ ਸੀ ਭੈਣ ਮਹਿਤਾਬ ਤੈਨੂੰ ਮੈਂ ਕੀ ਦੱਸਾਂ ਜਿਸ ਦਿਨ ਦੇ ਅਸੀਂ ਜਸੂਰ ਗਏ ਮੈਂਡਾ ਤਾਂ ਅਸਲੀ ਦਿਲ ਹੀ ਜਾਣੂ ਨਹੀਂ ਸੀ ਕਰਦਾ ਹੋਇਆ ਤੇ ਪਾਕਿਸਤਾਨੀ ਪਰ ਕਿੱਥੇ ਪਿੰਡੀ ਤੇ ਕਿੱਥੇ ਜਸੂਰ ਟਾਕਾ ਨਾਲੇ ਰਾਜੇ ਉਹਨਾਂ ਨੂੰ ਤੂੰ ਜਾਣਦੀ ਏ ਨੌਕਰੀ ਦੀ ਪ੍ਰਵਾਹ ਵੀ ਕੋਈ ਨਹੀਂ ਜਿੰਨੀ ਤਨਖਾਹ ਉੱਥੇ ਮਿਲਦੀ ਸੀ ਉਤਨੀ ਤੇ ਤਾਂ ਇਹ ਆਪ ਕਿਤਨੇ ਨੌਕਰ ਰੱਖ ਸਕਦੇ ਹਨ ਪਰ ਪਾਕਿਸਤਾਨ ਦੀ ਖਿਦਮਤ ਦਾ ਨਸ਼ਾ ਇਹਨਾਂ ਦੇ ਸਿਰ ਤੇ ਦੀ ਸਵਾਰ ਹੋਇਆ ਹਾਂ ਹਾਂ ਗੱਲ ਮੈਂ ਬਾਨੋ ਦੀ ਕਰ ਰਹੀ ਸਾਂ ਮਹਿਤਾਬ ਕੁੜੀਆਂ ਸਾਡੀਆਂ ਵੀ ਸੋਹਣੀਆਂ ਹਨ ਪਰ ਬਹੁਤਾ ਕਰਕੇ ਚਿੱਟੇ ਆ ਬੂਥਿਆਂ ਨੂੰ ਹੀ ਇੱਧਰ ਸੋ ਆਪਣੀ ਦੀ ਨਿਸ਼ਾਨੀ ਸਮਝਿਆ ਜਾਂਦਾ ਪਰ ਟਾਕੇ ਦੇ ਪਾਸੇ ਦੀਆਂ ਕੁੜੀਆਂ ਦੇ ਨਕਸ਼ ਤੂੰ ਵੇਖੇ ਤੇ ਭੁੱਖ ਲੈ ਜਾਈ ਭੁੱਲ ਜਾਏ ਇਹ ਚਿੱਟੇ ਬੂਥੇ ਬਸ ਬਾਨੋ ਆਖਣ ਨੂੰ ਤਾਂ ਸਾਡੀ ਨੌਕਰਾਨੀ ਸੀ ਪਰ ਲੱਗਦੀ ਘਰ ਦੀ ਰਾਣੀ ਸੀ ਪੜੀ ਲਿਖੀ ਸੁਚੱਜੀ ਘਰ ਨੂੰ ਸੰਵਾਰ ਬਣਾ ਕੇ ਰੱਖਣ ਦੇ ਆਹਰ ਵਿੱਚ ਲੱਗੀ ਰਹਿੰਦੀ ਚਿੱਠੀ ਪੱਤਰ ਵੀ ਉਹ ਟਾਈਪ ਕਰਦੀ ਮਹਤਾਬ ਸੱਚੀ ਗੱਲ ਏ ਜਦੋਂ ਉਹ ਰਾਜੇ ਉਰਾਂ ਨਾਲ ਦਫ਼ਤਰ ਵਿੱਚ ਬੈੰਦੀ ਉਹ ਬੋਲਦੇ ਇਹ ਟਾਈਪ ਕਰਦੀ ਤਾਰਾ ਜੇ ਉਰਾਂ ਦੀ ਨਜ਼ਰ ਇਸ ਦੇ ਤਾਰਾ ਉਰਾਂ ਦੀ ਜੇ ਨਜ਼ਰ ਇਸ ਦੇ ਚਿਹਰੇ ਉੱਤੇ ਪੈਂਦੀ ਵੇਖ ਕੇ ਮੈਂਡਾ ਦਿਲ ਕੰਬ ਜਾਂਦਾ ਮਰਦਾਂ ਦਾ ਕੇ ਵਸਾਏ ਪੈਣਾ ਭਾਵੇਂ ਮੈਂਡੀ ਖੂਬਸੂਰਤੀ ਦੀ ਮਸ਼ਹੂਰੀ ਸੁਣ ਕੇ ਉਹਨਾਂ ਮੈਂਡੇ ਨਾਲ ਉਚੇਚੀ ਮੁਹੱਬਤ ਕਰਕੇ ਮੇਰੇ ਅੱਬੇ ਨੂੰ ਮਨਤਾ ਕਰਕੇ ਮੇਰੇ ਨਿਕਾਹ ਵਾਸਤੇ ਰਜ਼ਾਮੰਦ ਕੀਤਾ ਸੀ ਪਰ ਮੰਡੇ ਵਿੱਚ ਇੱਕ ਹੋਰ ਘਾਟਾ ਸੀ ਜਾਤਕ ਕੁੜੀ ਵੀ ਕੋਈ ਨਾ ਹੋਇਆ ਇਸ ਵਾਸਤੇ ਜਦ ਬਾਨੋ ਟਾਈਪ ਕਰਨ ਬੈਂਦੀ ਤਾਂ ਮੈਂ ਵੀ ਕਿਸੇ ਨਾ ਕਿਸੇ ਬਹਾਨੇ ਦਫ਼ਤਰ ਵਿੱਚ ਜਾ ਬੈਂਦੀ ਮੇਰਾ ਐਵੇਂ ਵਹਿਮ ਹੀ ਸੀ ਤੇਰੇ ਜੀਜਾ ਜੀ ਭਾਵੇਂ ਰਾਜੇ ਹਨ ਪਰ ਉਹਨਾਂ ਵਿੱਚ ਉਹ ਗੱਲ ਕੋਈ ਨਹੀਂ ਮੰਡੇ ਨਾਲ ਉਸੇ ਤਰ੍ਹਾਂ ਦੀ ਮੁਹੱਬਤ ਕਰਦੇ ਹਨ ਜਿਸ ਮੁਹੱਬਤ ਨਾਲ ਉਹਨਾਂ ਮੈਨੂੰ ਨਿਕਾਇਆ ਆਇਆ ਮਹਿਤਾਬ ਬੀਬੀ ਤੇ ਅਖਤਰਾ ਪਹਿਲਾਂ ਹੌਲੇ-ਹੌਲੇ ਇਕੱਲਿਆਂ ਇਹ ਗੱਲਾਂ ਕਰਦੀਆਂ ਸਨ ਉਹਦੀ ਕੁਝ ਨਾਲ ਦੀਆਂ ਵੀ ਸੁਣ ਰਹੀਆਂ ਸਨ ਵਖਤਾਂ ਆਪਣੇ ਸ਼ੁਗਲ ਵਿੱਚ ਲੱਗੀ ਹੋਈ ਸੀ ਦੀਵਿਆਂ ਵਿੱਚੋਂ ਕੋਈ ਹਵਾ ਨਾਲ ਬੁਝ ਜਾਏ ਤਾਂ ਫਿਰ ਜਗਾ ਦਿੰਦੀ ਅਖਤਰਾਂ ਨੇ ਕਿਹਾ ਤੁਸੀਂ ਤਾਵਲੀਆਂ ਹੁਸੋ ਹੁਣੇ ਮੈਂ ਤੁਸਾਂ ਨੂੰ ਦੱਸਨੀ ਆ ਕਿ ਸਾਡੇ ਤੇ ਕਿਸ ਤਰ੍ਹਾਂ ਵਿਪਤਾ ਆਣ ਪਈ ਤੇ ਅਸੀਂ ਬਚ ਕਿਸ ਤਰ੍ਹਾਂ ਨਿਕਲੇ ਅੱਲਾ ਅੱਲਾ ਹੁਣ ਵੀ ਯਾਦ ਕਰਨੀ ਆ ਤਾਂ ਜਿਸਮ ਦੇ ਵਾਲ ਕੰਡਿਆਂ ਵਾਂਗਰ ਪੜਨ ਲੱਗ ਪੈਂਦੇ ਹਨ ਪਾਕਿਸਤਾਨ ਸਾਡਾ ਵਤਨ ਜੋ ਹੋਇਆ ਇਸ ਦਾ ਭਲਾ ਸੋਚਣਾ ਸਾਡਾ ਫਰਜ਼ ਏ ਰਾਜਾ ਜੀ ਹਮੇਸ਼ਾ ਇਸ ਤਰ੍ਹਾਂ ਸੋਚਦੇ ਸਨ ਮਸ਼ਰਕੀ ਬੰਗਾਲ ਵਾਲਿਆਂ ਨੂੰ ਕੁਝ ਸ਼ਿਕਾਇਤਾਂ ਜ਼ਰੂਰ ਸਨ ਪਰ ਅਸੀਂ ਚੋਖਾਚਰ ਉੱਥੇ ਰਹੇ ਹਾਂ ਮਗਰਬੀ ਪਾਕਿਸਤਾਨ ਦੇ ਕਿਸੇ ਬੰਦੇ ਨਾਲ ਉੱਥੇ ਬਦਸਲੂਕੀ ਕੀਤੀ ਗਈ ਹੋਵੇ ਅਸੀਂ ਨਹੀਂ ਸੁਣੀ ਇਸ ਬਾਨੋ ਦਾ ਇੱਕ ਭਰਾ ਮੁਕਤੀ ਬਾਨੀ ਵਿੱਚ ਕੰਮ ਕਰਦਾ ਸੀ ਉਹ ਸਾਨੂੰ ਦੱਸਦਾ ਰਹਿੰਦਾ ਸੀ ਕਿ ਮੁਕਤੀ ਬਾਨੀ ਦਾ ਅਸੂਲ ਇਹ ਹੈ ਕਿ ਪਰ ਅਮਨ ਤਰੀਕੇ ਨਾਲ ਮਸ਼ਰਕੀ ਪਾਕਿਸਤਾਨ ਦੀਆਂ ਸ਼ਿਕਾਇਤਾਂ ਦੂਰ ਕਰਵਾਨੀਆਂ। ਪਿੱਛੋਂ ਬਾਨੋ ਦੀ ਦਾਸਤਾਨ ਸੁਣ ਕੇ ਵੀ ਯਕੀਨ ਆਉਂਦਾ ਕਿ ਪੰਜਾਬੀ ਫੌਜਾਂ ਮਸ਼ਰਕੀ ਬੰਗਾਲ ਵਿੱਚ ਬਦਨਾਮ ਬੜੀਆਂ ਹੋ ਗਈਆਂ ਸਨ। ਮਹਿਤਾਬ ਬੀਬੀ ਨੇ ਵਿੱਚੋਂ ਇਹ ਕਿਹਾ ਮਿੱਸੀ ਰੋਟੀ ਕਦੇ-ਕਦੇ ਬਹੁਤ ਸੁਆਦੀ ਲੱਗਦੀ ਹੈ। ਅਖਤਰਾ ਦੀ ਇਹ ਸਹੇਲੀ ਮਹਿਤਾਬ ਬੀਬੀ 라ਵਲ ਪਿੰਡੀ ਕਾਲਜ ਵਿੱਚ ਪ੍ਰੋਫੈਸਰ ਹੈ। ਇਸ ਦੀ ਗੱਲ ਬੜੀ ਡੂੰਗੀ ਸੀ। ਅਖਤਰਾ ਫੌਰਨ ਸਮਝ ਗਈ। ਕਿ ਉਹ ਜਿਹੜੀ ਗੱਲ ਆਖਣੋਂ ਝੱਕਦੀ ਸੀ ਉਸ ਆਖ ਦਿੱਤੀ ਕਿ ਸਾਡੇ ਜਣੇ ਅਸਲੀ ਕੰਮ ਛੱਡ ਕੇ ਸਵਾਦਾਂ 'ਚ ਮਸਤ ਹੋ ਗਏ ਹੁਣ ਅਖਤਰਾ ਨੇ ਖੁੱਲ ਕੇ ਆਪਣੀ ਦਾਸਤਾਨ ਦੱਸਣੀ ਸ਼ੁਰੂ ਕੀਤੀ ਕਹਿਣ ਲੱਗੀ ਮੰਡੀ ਇਸ ਅੰਮੀ ਦੇ ਕਾਲੇ ਬਾਗ ਵਾਲੀ ਭੈਣ ਦੇ ਦਿਉਰ ਦਾ ਇੱਕ ਮੁੰਡਾ ਪੰਜਾਬੀ ਫੌਜ ਵਿੱਚ ਅਫਸਰ ਸੀ ਉਹ ਸਾਡਾ ਪਤਾ ਕਰਕੇ ਇੱਕ ਵੇਰ ਰਾਜਾ ਜੀ ਨੂੰ ਦਫ਼ਤਰ ਵਿੱਚ ਮਿਲਣ ਵੀ ਆ ਗਿਆ ਤੇ ਦੂਰੋਂ ਪਾਰੋਂ ਸਾਖ ਕੱਢ ਕੇ ਵੀ ਉਸ ਦੱਸ ਦਿੱਤਾ ਲੋਕਾਂ ਨੂੰ ਪਤਾ ਲੱਗ ਗਿਆ ਕਿ ਰਾਜਾ ਸਾਹਿਬ ਦਾ ਸਾਲਾ ਹੈ 24 ਮਾਰਚ ਨੂੰ ਜਦ ਪਾਕਿਸਤਾਨ ਦੀਆਂ ਫੌਜਾਂ ਪੰਜਾਬੀ ਫੌਜਾਂ ਨੇ ਮਸ਼ਰਕੀ ਪਾਕਿਸਤਾਨ ਦੇ ਬਾਕੀਆਂ ਦੀ ਸਿਰਕੋਬੀ ਦਾ ਐਲਾਨ ਕੀਤਾ ਤਾਂ ਮੈਂ ਸੁਣਿਆ ਕਿ ਕੁਝ ਘੰਟਿਆਂ ਵਿੱਚ ਟਾਕਾ ਦੇ ਕੁਮੀਲਾ ਚਟਾਗਾੰਗ ਤੇ ਜਸੂਰ ਦੇ ਲਾਗੇ ਚਾਗੇ 15000 ਦੇ ਕਰੀਬ ਲੋਕ ਮਾਰੇ ਗਏ ਉਸ ਵੇਲੇ ਅਸੀਂ ਐਸੀ ਜਗ੍ਹਾ ਘਿਰੇ ਹੋਏ ਸਾਂ ਜਿੱਥੇ ਮੁਕਤੀਬਾਨੀ ਦਾ ਜ਼ੋਰ ਸੀ ਮੁਕਤੀਬਾਨੀ ਦੇ ਕੈਂਪ ਵਿੱਚ ਹੀ ਐਲਾਨ ਕਰਦਿਆਂ ਕਿਸੇ ਨੇ ਕਿਹਾ ਕਿ ਸਿਵਿਲਿਅਨ ਅਫਸਰ ਰਾਜਾ ਅਲਾਹੀ ਬਖਸ਼ਦੀ ਬੀਬੀ ਪੰਜਾਬੀ ਫੌਜ ਦੇ ਇੱਕ ਬਦਨਾਮ ਜਰਨੈਲ ਦੀ ਭੈਣ ਹੈ ਫੌਰਨ ਉਹਨਾਂ ਨੂੰ ਕਾਬੂ ਕਰਨਾ ਚਾਹੀਦਾ ਹੈ ਅਖਤਰਾ ਗੱਲ ਸੁਣਾਉਂਦੀ ਹੈ ਪਰ ਮਾਲੂਮ ਹੁੰਦਾ ਹੈ ਕਿ ਸੁਣ ਕਿ ਗੱਲ ਸੁਣਾਣ ਲੱਗਿਆਂ ਅਜੇ ਵੀ ਉਹ ਡਰ ਰਹੀ ਹੈ ਤੇ ਉਸ ਵੇਲੇ ਦੇ ਅਸਰ ਨੂੰ ਕਬੂਲ ਕਰ ਰਹੀ ਹੈ ਅਖਤਰਾ ਨੇ ਦੱਸਿਆ ਕਿ ਮੁਕਤੀਬਾਨੀ ਦੇ ਕੈਂਪ ਵਿੱਚ ਹੋਏ ਇعلان ਦੀ ਖਬਰ ਸਾਨੂੰ ਮਿਲ ਗਈ ਉਸ ਵੇਲੇ ਹੋਰ ਕੋਈ ਵਸੀਲਾ ਨਹੀਂ ਸੀ ਕੌਣ ਸਫਾਈ ਦੇ ਕਿ ਸਾਡਾ ਉਸ ਬਦਨਾਮ ਜਰਨੈਰ ਨਾਲ ਕੋਈ ਤਾਲੁਕ ਨਹੀਂ ਬਾਨੋ ਨੂੰ ਉਸਦੇ ਭਰਾਵਲ ਭੇਜਿਆ ਉਹ ਭਰਾ ਤੱਕ ਪੁੱਜ ਗਈ ਸਾਰੀ ਗੱਲ ਉਸ ਨਾਲ ਕਰਕੇ ਵਾਪਸ ਆ ਰਹੀ ਸੀ ਕਿ ਸਾਡੇ ਜਣਿਆਂ ਦੇ ਕਾਬੂ ਆ ਗਈ ਉਸ ਦਾ ਭਰਾ ਦਿਨ ਵੇਲੇ ਤਾਂ ਆ ਨਹੀਂ ਸਕਦਾ ਰਾਤ ਪਈ ਤੇ ਉਹ ਆਪਣੇ ਕੈਂਪ ਵਿੱਚੋਂ ਨਿਕਲਿਆ ਰਾਸਤੇ ਵਿੱਚ ਇੱਕ ਪੁਲ ਦੇ ਹੇਠਾਂ ਉਸ ਨੂੰ ਕੁਝ ਲਾਸ਼ਾਂ ਦਿਸੀਆਂ ਜਿਨ੍ਹਾਂ ਵਿੱਚੋਂ ਬਾਨੋ ਦੀ ਲਾਸ਼ ਵੀ ਸੀ ਤਨ ਦੇ ਸਾਰੇ ਕੱਪੜੇ ਲੀਰੋ-ਲੀਰ ਹੋਏ ਪਏ ਸਨ ਬਾਨੋ ਦਾ ਭਰਾ ਭੈਣ ਦੀ ਲਾਸ਼ ਨੂੰ ਉੱਥੇ ਹੀ ਛੱਡ ਕੇ ਸਾਡੇ ਘਰ ਪੁੱਜਾ ਕਹਿਣ ਲੱਗਾ ਇੱਕ ਭੈਣ ਤੇ ਗਈ ਜੇ ਦੂਜੀ ਦੀ ਪਤ ਬਚਾ ਸਕਾਂ ਤਾਂ ਅੱਲਾ ਦਾ ਸ਼ੁਕਰਗੁਜ਼ਾਰ ਹੋਵਾਂਗਾ ਸਾਨੂੰ ਬਚਾ ਗਿਆ ਆਪ ਪਤਾ ਨਹੀਂ ਬਚਿਆ ਹੈ ਕਿ ਨਹੀਂ ਅਖਤਰਾਂ ਦੇ ਦਾਸਤਾਨ ਖਤਮ ਕਰਨ ਤੱਕ ਬਖਤਾਂ ਦੇ ਬਨੇਰੇ ਤੇ ਜਗਦੇ ਦੀਵੇ ਕੁਝ ਆਪੇ ਬੁੱਝ ਚੁੱਕੇ ਸਨ ਰਹਿੰਦੇ ਬਖਤਾਂ ਨੇ ਆਪ ਹੀ ਬੁਝਾ ਦਿੱਤੇ